ਸੋ ਜੇ ਆਪਾਂ ਥੋੜੇ ਅੱਖਰਾਂ 'ਚ ਕਹਿਣਾ ਹੋਵੇ ਵੀ ਪੀੜੀ ਕਿਹਨੂੰ ਲੈਣੀ ਚਾਹੀਦੀ ਆ, ਜਿਹਦਾ ਕੋਈ ਇਮੀਡੀਏਟ ਰੈਲੇਟਿਵ ਇੱਥੇ ਹੈਗਾ ਆ, ਕਿਹੜੇ ਕੇਸਾਂ ਦੇ ਵਿੱਚ ਬੰਦੇ ਨੂੰ ਪੀਡੀ ਵੱਲ ਨੂੰ ਜਿਹੜਾ ਉਹ ਵਧਣਾ ਚਾਹੀਦਾ, ਵੀ ਜਿਹੜਾ ਲੀਗਲ I-94 ਦੇ ਉੱਤੇ ਆਇਆ ਸੀ ਉਹਨੂੰ ਪੀਡੀ ਲੈਣੀ ਚਾਹੀਦੀ ਆ, ਕਿਸੇ ਦੀ ਘਰ ਵਾਲੀ ਨਿਆਣੇ ਇੱਥੇ ਆ ਉਹ ਸਿਟੀਜ਼ਨ ਆ ਉਹਨਾਂ ਨੂੰ ਲੈਣੀ ਚਾਹੀਦੀ ਆ, ਕਿਹੜੇ ਕੇਸ ਦੇ ਵਿੱਚ ਬੰਦਾ ਪੀਡੀ ਵੱਲ ਨੂੰ ਜਾਵੇ? ਇਹ ਨਾ ਟੌਪਿਕ ਇਹ ਵਾਲਾ ਕੁਐਸਚਨ ਥੋੜ੍ਹਾ ਜਿਹਾ ਲੰਬਾ ਹੋ ਜਾਣਾ ਹੈ। ਇਹ ਕੁਐਸਚਨ ਨੂੰ ਆਨਸਰ ਕਰਨ ਲਈ ਪਹਿਲਾਂ ਮੈਂ ਦੱਸਣਾ ਪੈਣਾ ਕਿ ਪੀਡੀ ਉਹ ਕੀ ਕਹਿੰਦੇ ਆ ਕਿ ਦੇਣੀ ਕਿਹਨੂੰ ਆ। ਠੀਕ ਆ ਜੀ। ਉਹਨਾਂ ਨੇ ਨਾ ਪ੍ਰਾਇੋਰਟੀ ਬਣਾਈ ਹੋਈ ਆ, ਤਿੰਨ ਤਰ੍ਹਾਂ ਦੇ ਜਿਹੜੇ ਕੇਸ ਹੈਗੇ ਉਹਨਾਂ ਨੂੰ ਉਹਨਾਂ ਨੇ ਕਿਹਾ ਪੀਡੀ ਨਹੀਂ ਦੇਣੀ। ਮਤਲਬ ਉਹਨਾਂ ਨੇ ਨਹੀਂ ਕਿਹਾ ਪੀਡੀ ਨਹੀਂ ਦੇਣੀ, ਉਹ ਕਹਿੰਦੇ ਤਿੰਨ ਤਰ੍ਹਾਂ ਦੇ ਜਿਹੜੇ ਕੇਸ ਆ ਉਹ ਪ੍ਰਾਇੋਰਟੀ ਕੇਸ ਆ, ਜਿਹੜੇ ਬਾਕੀ ਕੇਸ ਹੈਗੇ ਸਾਰੇ ਨੋਨ ਪ੍ਰਾਇੋਰਟੀ ਕੇਸ ਆ, ਜਿਹੜੇ ਨੋਨ ਪ੍ਰਾਇੋਰਟੀ ਕੇਸ ਆ ਉਹ ਸਾਰਿਆਂ ਨੂੰ ਕਹਿੰਦੇ ਪੀਡੀ ਦਿਓ। ਸੋ ਜਿਹੜੇ ਪ੍ਰਾਇੋਰਟੀ ਕੇਸ ਉਹਨਾਂ ਦੇ ਆ ਗਏ ਉਹੀ ਕਿ ਜਿਹੜੇ ਕੋਈ ਵੀ ਬੰਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਆ, ਮਤਲਬ ਕਿ ਕੋਈ ਜਸੂਸ ਆ, ਕੋਈ ਟੈਰੋਰਿਜ਼ਮ ਦੇ ਰਿਲੇਟਡ ਐਕਟੀਵਿਟੀ ਕਰਦਾ ਆ, ਕਿਸੇ ਵੀ ਕਿਸਮ ਦਾ ਹੋਰ US ਦੀ ਕਹਿ ਲਓ ਨੈਸ਼ਨਲ ਸਿਕਿਉਰਿਟੀ ਨੂੰ ਜਿਹੜਾ ਖਤਰਾ ਬੰਦਾ, ਉਹਨੂੰ ਕਹਿੰਦੇ ਪੀਡੀ ਨਹੀਂ ਦੇਣੀ, ਉਹਨੂੰ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਰੱਖੋ ਅਤੇ ਡਿਪੋਰਟ ਕਰੋ। ਠੀਕ ਆ। ਇਹਦੇ ਨਾਲ ਨਾਲ ਜਿਹੜਾ ਬੰਦਾ ਪਬਲਿਕ ਸੇਫਟੀ ਨੂੰ ਥ੍ਰੈਟ ਹੈਗਾ, ਇਹਦੇ ਵਿੱਚ ਆਪਾਂ ਆਲਰੇਡੀ ਕਈ ਵਾਰੀ ਡਿਸਕਸ ਵੀ ਕੀਤਾ ਰੇਡੀਓ 'ਤੇ ਕਿ ਉਹੀ ਬੰਦੇ ਜਿਹੜੇ ਕ੍ਰਿਮੀਨਲ ਕੰਡਕਟ ਕਰਦੇ ਨੇ, ਮਲਟੀਪਲ ਜਿਹੜੇ ਡਰੱਗ ਦੇ ਚਾਰਜਸ ਨੇ, ਮਲਟੀਪਲ DUI ਵਗੈਰਾ ਇੱਦਾਂ ਦੀਆਂ ਮਿਲੀਆਂ ਜਿਹੜੇ ਡੋਮੈਸਟਿਕ ਵਾਇਲੈਂਸ ਵਗੈਰਾ ਦੇ ਵਿੱਚ ਨੇ, ਸੋ ਜਿਹੜੇ ਜਿਹੜੇ ਵੀ ਕ੍ਰਿਮੀਨਲ ਲੋਕੀ ਨੇ ਉਹਨਾਂ ਨੂੰ ਉਹ ਪਬਲਿਕ ਸੇਫਟੀ ਨੂੰ ਥ੍ਰੈਟ ਆ, ਉਹਨਾਂ ਨੂੰ ਕਹਿੰਦੇ ਡਿਪੋਰਟ ਕਰੋ। ਅਤੇ ਤੀਜੇ ਹੁਣ ਇਹਦੇ ਵਿੱਚ ਉਹ ਲੋਕੀ ਆ ਗਏ ਜਿਹੜੇ ਬਾਰਡਰ ਟੱਪ ਕੇ ਆ ਰਹੇ ਨੇ ਹੁਣ, ਅਤੇ ਜਾਂ ਜਿਹੜੇ ਬਾਰਡਰ ਟੱਪ ਕੇ ਆ ਰਹੇ ਨੇ ਉਹਨਾਂ ਨੂੰ ਉਦੋਂ ਫੜਿਆ ਜਾਂਦਾ ਸੀ, ਉਹ ਲੋਕੀ ਆ ਗਏ ਬਾਰਡਰ ਸਿਕਿਉਰਿਟੀ ਨੂੰ ਥ੍ਰੈਟ। ਤਾਂ ਜਾਂ ਉਹ ਵਾਲੇ ਲੋਕੀ ਜਿਹੜੇ 1 ਨਵੰਬਰ 2020 ਤੋਂ ਬਾਅਦ ਆਏ ਸੀ, ਭਾਵੇਂ ਉਹ ਬਾਰਡਰ ਦੇ ਅੰਦਰ ਆ ਗਏ ਸੀਗੇ ਟੱਪ ਕੇ, ਪਰ ਉਹਨਾਂ ਨੂੰ ਸਰਕਾਰ ਬਾਅਦ 'ਚ ਜਾ ਕੇ ਫੜਦੀ ਆ। ਮਤਲਬ ਕਿ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ 1 ਨਵੰਬਰ 2020 ਤੋਂ ਪਹਿਲਾਂ ਪਹਿਲਾਂ ਵਾਲੇ ਬੰਦੇ ਜਿਹੜੇ ਸਾਰੇ ਸਿਕਿਓਰ ਆ, ਉਤੋਂ ਬਾਅਦ ਵਾਲੇ ਬੰਦੇ ਜਿਹਨਾਂ ਨੂੰ ਭਾਵੇਂ ਆਪਾਂ ਬਾਅਦ 'ਚ ਵੀ ਫੜੀਏ, ਉਹ ਸਾਡੇ ਪ੍ਰਾਇੋਰਟੀ ਕੇਸਿਸ ਆ ਗਏ ਆ। ਮਤਲਬ ਕਿ ਲੋਕਾਂ ਨੂੰ ਇਹ ਪ੍ਰੂਫ ਕਰਨਾ ਪੈਣਾ ਕਿ ਉਹ 1 ਨਵੰਬਰ 2020 ਤੋਂ ਪਹਿਲਾਂ ਆਏ ਸੀਗੇ ਤੇ ਉਹ ਪ੍ਰਾਇੋਰਟੀ ਕੇਸ ਨਹੀਂ ਹੈਗੇ। ਸੋ ਇਹ ਪੀਡੀ ਦੀ ਜਿਹੜੀ ਆ ਸ਼ਰਤ ਆ ਜੀ। ਸੋ ਇਹ ਜੀ 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 ਹਾਂਜੀ ਕੰਟੀਨਿਊ ਕਰੋ। ਹਾਂਜੀ। ਤੇ ਇਹਦੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਕਿ ਹੋਰ ਕਾਫੀ ਜ਼ਿਆਦਾ ਟੋਟੈਲਿਟੀ ਆਫ ਸਰਕਮਸਟੈਂਸਿਸ ਦੇਖਣੇ ਆ ਕਿ ਬੰਦੇ ਦਾ ਦੇਖੋ ਕਿੱਦਾਂ ਦਾ ਫੈਮਿਲੀ ਮੈਂ, ਨਾ ਟੈਕਸ ਟੁਕਸ ਦਿੰਦਾ, ਕੰਮ ਕਰਦਾ ਨਹੀਂ ਕਰਦਾ। ਸੋ ਜਿੱਦਾਂ ਪੰਜਾਬੀ ਕਈ ਵਾਰੀ ਪੁੱਛਦੇ ਆ ਕਿ ਭਾਜੀ ਮੈਂ ਬਹੁਤ ਜ਼ਿਆਦਾ ਟੈਕਸ ਦਿੰਦਾ, ਹਮੇਸ਼ਾ ਟੈਕਸ ਦਿੱਤਾ, ਮੈਨੂੰ ਕੋਈ ਫਾਇਦਾ ਹੋਊਗਾ? ਹਾਂਜੀ, ਤੁਹਾਨੂੰ ਜਿਹੜਾ ਪੀਡੀ ਮੈਮੋ PD ਦੇ ਵਿੱਚ ਤੁਹਾਨੂੰ ਫਾਇਦਾ ਹੋ ਸਕਦਾ ਕਿ ਤੁਸੀਂ ਇਹ ਸ਼ੋ ਕਰ ਸਕਦੇ ਹੋ ਕਿ ਤੁਸੀਂ ਗੁੱਡ ਕਰੈਕਟਰ ਵਾਲੇ ਬੰਦੇ ਹੋ। ਜੀ। ਸੋ ਇਹ 3 ਕੈਟਾਗਰੀ ਵਾਲਿਆਂ ਨੂੰ ਤਾਂ ਉਹਨਾਂ ਨੇ ਬਿਲਕੁਲ PD ਜਿਹੜੀ ਉਹ ਨਹੀਂ ਦੇਣੀ, ਉਹਨਾਂ ਨੂੰ ਕਹਿਣਾ ਵੀ ਜਲਦੀ ਜਲਦੀ ਜਿਹੜਾ ਡਿਪੋਰਟ ਕਰਨ ਵਾਲੇ ਪਾਸੇ ਨੂੰ ਵਧਾਓ। ਅਤੇ ਜਦੋਂ ਇਹ ਡਿਪੋਰਟ ਕਰਨ ਵਾਲੀ ਗੱਲ ਕਰਦੇ ਆ, ਜਿਹੜਾ ਆਪਾਂ 2 ਹਫ਼ਤੇ ਪਹਿਲਾਂ ਗੱਲ ਕੀਤੀ ਸੀ ਵੀ ਇਹ 6 ਮਹੀਨਿਆਂ ਦੇ ਵਿੱਚ ਸਾਰਾ ਕੁਛ ਨਿਪਟਾਰਾ ਕਰਨਾ ਚਾਹੁੰਦੇ ਆ, ਉਹ ਇਹਦੇ ਨਾਲ ਹੀ ਅਟੈਚਡ ਆ ਫਿਰ ਵੀ ਇੱਕ ਪਾਸੇ ਇਹਨਾਂ ਨੂੰ PD ਨਹੀਂ ਦੇਣੀ ਅਤੇ ਦੂਜੇ ਪਾਸੇ 6 ਮਹੀਨਿਆਂ 'ਚ ਬਾਹਰ ਕੱਢੋ? ਜਦੋਂ 6 ਮਹੀਨੇ ਵਾਲਾ ਹਾਂਜੀ ਆ ਗਿਆ ਰੂਲ ਤਾਂ ਫਿਰ ਇੱਦਾਂ ਹੀ ਹੋਊਗਾ, ਪਰ ਇਹ ਆ ਕਿ PD ਜਿਹੜਾ 6 ਮਹੀਨੇ ਵਾਲਾ ਰੂਲ ਆ ਉਹ ਇਹਨਾਂ ਨੇ ਨਵੇਂ ਬੰਦਿਆਂ 'ਤੇ ਲਾਉਣਾ। ਸੋ ਉਹਨਾਂ ਨੇ ਲਾਈਨ ਖਿੱਚਤੀ ਹੈ ਨਵੇਂ ਬੰਦਿਆਂ 'ਤੇ 6 ਮਹੀਨੇ ਵਾਲਾ, ਉਹ ਪ੍ਰਾਇੋਰਟੀ ਕੇਸ ਆ ਗਏ ਕਿਉਂਕਿ ਉਹ ਹੁਣ ਬਾਰਡਰ ਟੱਪ ਰਹੇ ਆ। ਸੋ ਨਵੇਂ ਵਾਲੇ ਬੰਦਿਆਂ ਨੂੰ ਇਹਨਾਂ ਨੇ PD ਆਫਰ ਨਹੀਂ ਕਰਨੀ, ਪੁਰਾਣੇ ਵਾਲਿਆਂ ਨੂੰ PD ਆਫਰ ਕਰਨੀ ਹੈ। ਸੋ ਨਵੇਂ ਵਾਲਿਆਂ ਨੂੰ ਫਾਸਟ ਟਰੈਕ ਕਰਨਾ ਇਹਨਾਂ ਨੇ। ਜਿਹੜੇ ਉਹਦੇ ਵਿੱਚ ਵੀ 1 ਨਵੰਬਰ 2020 ਦੀ ਤਰੀਕ ਇਹਨਾਂ ਨੇ ਮਿੱਥੀ, ਉਹੀ ਲਾਈਨ ਆ ਵੀ ਉਹ ਤੋਂ ਜਿਹੜੇ ਬਾਅਦ 'ਚ ਆਏ ਉਹਨਾਂ ਨੂੰ ਨਵੇਂ ਮੰਨਣੇ, ਉਹ ਤੋਂ ਪਹਿਲੇ ਵਾਲਿਆਂ ਨੂੰ ਜਿਹੜਾ ਉਹ ਪੁਰਾਣੇ ਮੰਨਣਾ। ਸੋ ਇੱਦਾਂ ਹੈ ਕਿ ਜਿਹੜੀ ਪ੍ਰਾਇੋਰਟੀ ਕੈਟੇਗਰੀ ਆ ਗਈ ਨਾ ਇਹਨਾਂ ਦੀ ਬਾਰਡਰ ਸਿਕਿਉਰਿਟੀ ਨੂੰ ਕੌਣ ਥ੍ਰੈਟ ਆ, ਉਹਦੇ ਵਿੱਚ 2 ਕਿਸਮ ਦੇ ਲੋਕ ਆ ਗਏ। ਇੱਕ ਜਿਹੜੇ ਉਹ ਆ ਜਿਹੜੇ ਹੁਣ ਬਾਰਡਰ ਟੱਪ ਕੇ ਇਲੀਗਲੀ ਐਂਟਰ ਕਰਦੇ ਹੋਏ ਫੜੇ ਜਾਣ, ਬਾਰਡਰ ਟੱਪਦੇ ਹੋਏ ਫੜੇ ਜਾਣ। ਠੀਕ ਹੈ। ਤੇ ਦੂਜੇ ਉਹ ਲੈ ਆ ਗਏ ਜਿਹੜੇ 1 ਨਵੰਬਰ 2020 ਤੋਂ ਬਾਅਦ ਆਏ ਸੀ, ਭਾਵੇਂ ਉਹ ਅਜੇ ਫੜੇ ਨਹੀਂ ਗਏ, ਭਾਵੇਂ ਉਹਨਾਂ ਨੇ 2022-23 'ਚ ਫੜਨਾ, ਪਰ ਜਿਹੜੇ ਨਵੰਬਰ 1, 2020 ਤੋਂ ਬਾਅਦ ਆਏ ਸੀ ਉਹ ਇਹਨਾਂ ਦੀ ਪ੍ਰਾਇੋਰਟੀ ਲਿਸਟ 'ਤੇ ਆ। ਕਹਿਣ ਦਾ ਮਤਲਬ ਇਹ ਕਿ ਜਿਹੜੇ ਨਵੰਬਰ 1, 2020 ਤੋਂ ਪਹਿਲਾਂ ਆਏ ਸੀਗੇ ਉਹਨਾਂ ਨੂੰ ਨਹੀਂ ਇਹਨਾਂ ਨੇ ਫੜਨਾ, ਜੇ ਫੜ ਲਿਆ ਤਾਂ ਉਹਨਾਂ ਨੂੰ PD ਦੀ ਆਪਸ਼ਨ ਦੇਣੀ ਹੈ। ਠੀਕ ਹੈ ਠੀਕ ਹੈ। ਸੋ PD ਕਦੋਂ ਰਿਕੁਐਸਟ ਕੀਤੀ ਜਾਣੀ ਚਾਹੀਦੀ ਹੈ? ਜਿੱਦਾਂ ਮੈਂ ਪਹਿਲਾਂ ਪੁੱਛਿਆ ਵੀ ਕਿਹੜੇ ਲੋਕਾਂ ਨੂੰ PD ਦੀ ਰਿਕੁਐਸਟ ਜਿਹੜੀ ਉਹ ਕਰਨੀ ਚਾਹੀਦੀ ਆ, ਕੀ ਉਹਨਾਂ ਦੇ ਕੇਸ ਤੇ ਸਰਕਮਸਟਾਂਸ ਹੋਣ ਜੀ? ਸੋ ਜਿੰਨੀ ਜਲਦੀ ਤੋਂ ਜਲਦੀ ਰਿਕੁਐਸਟ ਕਰ ਸਕਦੇ ਆ ਉਨੀ ਜਲਦੀ ਤੋਂ ਜਲਦੀ ਰਿਕੁਐਸਟ ਕਰੋ, ਕਿਉਂਕਿ ਇੱਕ ਵਾਰੀ ਸਰਕਾਰ ਨੇ ਆਪਣਾ ਟਾਈਮ ਲਾ ਲਿਆ, ਕੇਸ ਬਣਾਤਾ, ਬਰੀਫ ਸਬਮਿਟ ਕਰਤਾ, ਉਹਨਾਂ ਨੇ ਫਿਰ ਤੁਹਾਨੂੰ ਟੰਗਣਾ ਹੀ ਆ, ਰਾਈਟ? ਸੋ ਇਹ ਸਰਕਾਰ ਨੂੰ ਇੱਕ ਲਾਲਚ ਆ ਕਿ ਥੋੜ੍ਹਾ ਤੁਹਾਡਾ ਕੰਮ ਘੱਟ ਜਾਊਗਾ ਜੇ ਤੁਸੀਂ ਸਾਨੂੰ PD ਦੇ ਦਿਓ। ਸੋ PD ਦੇ ਵਿੱਚ ਕੀ ਹੁੰਦਾ ਕਿ ਤੁਸੀਂ ਜੁਆਇੰਟ ਮੋਸ਼ਨ ਵਗੈਰਾ, ਮਤਲਬ ਇਹ ਨਹੀਂ ਕਿ PD ਦੇ ਵਿੱਚ ਕੰਮ ਹੀ ਨਹੀਂ ਹੈਗਾ ਕਿ ਸਿੱਧੇ ਜਾ ਕੇ ਤੁਸੀਂ PD ਮੰਗ ਲਈ, ਇਹ 'ਚ ਵੀ ਕੰਮ ਕਰਨਾ ਪੈਂਦਾ ਜੀ। ਤੇ ਸਾਰਿਆਂ ਦੀ PD ਅਪਰੂਵ ਨਹੀਂ ਵੀ ਹੋਣੀ, ਉਹਦੇ ਵਿੱਚ ਵੀ ਤੁਹਾਨੂੰ ਬਣਾ ਕੇ ਦੱਸਣਾ ਪੈਣਾ ਉਹਨਾਂ ਨੂੰ ਕਿ ਕਿਉਂ PD ਮਿਲਣੀ ਚਾਹੀਦੀ, ਕਿਉਂ ਨਹੀਂ ਮਿਲਣੀ ਚਾਹੀਦੀ। ਤੇ ਸਰਕਾਰੀ ਵਕੀਲ ਤੁਹਾਡੇ ਕੋਲ ਰਾਈਟ ਟਾਈਪ ਦਾ ਹੋਣਾ ਚਾਹੀਦਾ ਜਿਹੜਾ ਅਗਰੀ ਕਰੇਗੀ PD ਦੇਣੀ ਹੈ ਕਿ ਨਹੀਂ ਦੇਣੀ ਹੈ। ਸੋ ਤੁਸੀਂ ਗੱਲ ਕਰਦੇ ਆ ਕਿ ਕਿਹੜੇ ਕਿਸਮ ਦੇ ਲੋਕਾਂ ਨੂੰ PD, ਇਹ ਹੁਣ ਮੇਨ ਕੁਐਸਚਨ ਆ ਗਿਆ ਜਿਹੜਾ
ਮਿਲੀਅਨ ਡਾਲਰ ਕੁਐਸਚਨ ਹੁਣ ਇਹ ਹੈ ਕਿ ਪੰਜਾਬੀਆਂ ਨੂੰ ਇਹਦਾ ਕੀ ਫਾਇਦਾ, ਪੀੜੀ ਪੀੜੀ ਤਾਂ ਚੱਲੀ ਜਾਂਦਾ, ਹੋਣਾ ਕੀ ਆ ਪੀੜੀ ਨਾਲ, ਹੈ ਨਾ। ਸੋ ਪਹਿਲੀ ਕਿਸਮ ਦੇ ਕੇਸ ਉਹ ਆ ਗਏ ਜਿਨ੍ਹਾਂ ਦੇ ਇਮੀਗ੍ਰੇਸ਼ਨ ਜੱਜ ਮੂਹਰੇ ਕੇਸ ਚੱਲਦੇ ਪਏ ਆ, ਠੀਕ ਆ। ਉਹਨਾਂ ਦੇ ਵਿੱਚ ਜਿਨ੍ਹਾਂ ਦਾ ਤਾਂ ਸਟਰੋਂਗ ਕੇਸ ਆ ਉਹ ਅਸਾਈਲਮ ਹੀ ਲਊਗਾ। ਜਿਹੜਾ ਬੰਦਾ ਹੁਣ ਇੱਦਾਂ ਕਿ ਨਹੀਂ ਮੈਂ ਗ੍ਰੀਨ ਕਾਰਡ ਹੀ ਲੈਣਾ, ਮੁੜ ਕੇ ਮੈਂ ਸਿਟੀਜ਼ਨ ਬਣਨਾ, ਫਿਰ ਮੈਂ ਆਪਣੇ ਘਰਦਿਆਂ ਨੂੰ ਬੁਲਾਉਣਾ, ਉਹਨੂੰ ਪੀ ਡੀ ਲੈਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਪੀ ਡੀ ਨਾਲ ਤੁਹਾਡਾ ਕੇਸ ਟਰਮੀਨੇਟ ਹੋ ਜਾਣਾ। ਸੋ ਠੀਕ ਹੈ, ਉਹ ਜਿਹੜੇ ਬੰਦੇ ਨੇ ਉਹ ਵਾਲਾ ਦਾਅ ਖੇਡਣਾ ਕਿ ਮੈਂ ਅਸਾਈਲਮ ਦਾ ਕੇਸ ਲੜਨਾ ਵਾ, ਠੀਕ ਆ, ਅਸਾਈਲਮ ਦਾ ਕੇਸ ਲੜੋ, ਗੁੱਡ ਲੱਕ, ਜਿੱਤੋ ਕੇਸ ਤੁਸੀਂ, ਹੈ ਨਾ। ਸੋ ਕਈ ਕੇਸ ਪਰ ਇੱਦਾਂ ਦੇ ਆ ਉਹਨਾਂ ਦਾ ਵੀਕ ਕੇਸ ਹੋਣਾ, ਵੀਕ ਕੇਸ ਕਈ ਕਾਰਨਾਂ ਕਰਕੇ ਹੁੰਦਾ, ਕਈ ਵਾਰੀ ਤੁਹਾਡੇ ਬਿਆਨ ਗੜਬੜ ਹੋ ਗਏ, ਕਈ ਵਾਰੀ ਤੁਹਾਡੇ ਕੋਲ ਰੀਜ਼ਨ ਇਨਫ ਨਹੀਂ ਹੁੰਦਾ, ਜਿੱਦਾਂ ਕਈਆਂ ਦੇ ਪੋਲੀਟੀਕਲ ਓਪੀਨੀਅਨ ਦੇ ਕੇਸ ਨਹੀਂ, ਕਈਆਂ ਦੇ ਪ੍ਰੋਪਰਟੀ ਵਾਲੇ ਕੇਸ ਆ, ਜਾਂ ਕੋਈ ਹੋਰ ਕਹਿ ਲਓ ਕਿ ਵੀਕ ਕੇਸ ਸੀਗੇ, ਜਿਹੜੇ ਅਸਾਈਲਮ ਆਫਿਸ 'ਚ ਤੁਹਾਡਾ ਵੀਕ ਕੇਸ ਸੀਗਾ, ਜਿਹਦਾ ਤੁਹਾਨੂੰ ਵੀ ਪਤਾ ਕਿ ਹੁਣ ਤੁਸੀਂ ਜਿੱਤ ਨਹੀਂ ਸਕਦੇ, ਉਹ ਵਾਲੇ ਕੇਸ ਹੋ ਗਏ, ਉਹ ਉਹਨਾਂ ਨੂੰ ਪੀਡੀ ਜ਼ਰੂਰ ਲੈਣੀ ਚਾਹੀਦੀ ਆ, ਇਮੀਗ੍ਰੇਸ਼ਨ ਜੱਜ ਦੇ ਮੂਹਰੇ ਲੜਨ ਤੋਂ ਪਹਿਲਾਂ ਪੀਡੀ ਲੈ ਲਓ। ਕਈ ਉਹ ਵਾਲੇ ਕੇਸ ਆ ਜਿਹਨਾਂ ਨੂੰ ਆਲਰੇਡੀ I-94 ਮਿਲਿਆ, ਜਿਹੜੇ ਵੀਜ਼ੇ 'ਤੇ ਆਏ ਸੀਗੇ। ਸੋ ਜਿਹੜੇ ਵੀਜ਼ੇ 'ਤੇ ਆਏ ਸੀਗੇ, ਸਪੈਸ਼ਲੀ ਉਹ ਵਾਲੇ ਲੋਕ ਜਿਹੜੇ ਜਿਨ੍ਹਾਂ ਕੋਲ ਵਿਆਹ ਦੀ ਆਪਸ਼ਨ ਹੈਗੀ ਆ, ਜਿਹੜੇ ਸਿਟੀਜ਼ਨ ਦੇ ਨਾਲ ਵਿਆਹ ਕਰਾ ਸਕਦੇ ਆ, ਉਹ ਸਿੱਧੇ ਪੱਕੇ ਹੋ ਸਕਦੇ ਆ। ਮਤਲਬ ਤੁਹਾਡੇ ਕੋਲ I-94 ਹੈਗਾ, ਤੁਹਾਡਾ ਕੇਸ ਡਿਸਮਿਸ ਹੋ ਗਿਆ, ਤੁਸੀਂ ਅੱਜ ਨਹੀਂ ਤੁਸੀਂ ਕੱਲ੍ਹ ਨੂੰ ਪੱਕੇ ਹੋ ਜਾਣਾ ਵਿਆਹ ਕਰਾ ਕੇ। ਉਹ ਲੋਕਾਂ ਨੂੰ ਪੀਡੀ ਜ਼ਰੂਰ ਲੈਣੀ ਚਾਹੀਦੀ ਆ ਜਿਹਨਾਂ ਕੋਲ I-94 ਆ, ਤੇ ਜਿਨ੍ਹਾਂ ਦਾ ਵਿਆਹ ਦੇ ਪ੍ਰੋਸਪੈਕਟ ਆ। ਇਹਦੇ ਨਾਲ ਨਾਲ ਉਹ ਵਾਲੇ ਲੋਕ ਜਿਹੜੇ ਪੇਰੈਂਟ ਸੀਗੇ, ਕਈ ਪੁਰਾਣੇ ਕੇਸ ਆ, ਉਹ ਵੀਜ਼ੇ ਦੇ ਉੱਤੇ ਆਏ ਸੀਗੇ, ਤੇ ਉਹਨਾਂ ਦੇ ਜਵਾਕ ਜਿਹੜੇ ਸੀਗੇ ਸਿਟੀਜ਼ਨ ਆ, ਜਾਂ ਉਹਨਾਂ ਦੇ ਜਵਾਕ ਬਾਅਦ 'ਚ ਵਿਆਹ ਕਰਾ ਕੇ ਸਿਟੀਜ਼ਨ ਕਈ ਵਾਰੀ ਬਣ ਜਾਂਦੇ ਆ, ਜਾਂ ਗ੍ਰੀਨ ਕਾਰਡ ਹੋਲਡਰ ਆ, ਪਰ ਉਹਨਾਂ ਨੇ ਵੀ ਇੱਕ ਦਿਨ ਸਿਟੀਜ਼ਨ ਬਣ ਜਾਣਾ। ਸੋ ਜਿਹੜੇ ਪੇਰੈਂਟਸ ਆ ਉਹ ਵੀ ਜਿਹੜੇ ਲੀਗਲ ਤੌਰ 'ਤੇ ਆਏ ਸੀ ਆਪਣੇ ਬੱਚਿਆਂ ਦੇ ਬੇਸ 'ਤੇ, ਸਿੱਧੇ ਸਿੱਧੇ ਐਡਜਸਟ ਹੋ ਸਕਦੇ ਆ ਜੇ ਉਹਨਾਂ ਦੇ ਬੱਚੇ 21 ਸਾਲ ਤੋਂ ਉੱਤੇ ਆ। ਸੋ ਜਿਹਨਾਂ ਦੇ ਵੀ ਕੇਸ ਚੱਲ ਰਹੇ ਆ, ਜਿਹਨਾਂ ਦੇ ਵੀਕ ਕੇਸ ਆ, ਜਿਹਨਾਂ ਨੂੰ I-94 ਮਿਲਿਆ ਤੇ ਉਹਨਾਂ ਨੂੰ ਵਿਆਹ ਦੇ ਥਰੂ ਜਾਂ ਬੱਚੇ ਦੇ ਥਰੂ ਪੱਕੇ ਹੋਣ ਦੀ ਆਪਸ਼ਨ ਆ, ਉਹ ਲੋਕਾਂ ਨੂੰ ਪੀਡੀ ਜਿਹੜੀ ਹੈਗੀ ਆ ਜ਼ਰੂਰ ਲੈਣੀ ਚਾਹੀਦੀ ਆ, ਮੇਰੀ ਮੇਰੇ ਓਪੀਨੀਅਨ ਦੇ ਹਿਸਾਬ ਨਾਲ। ਜੀ, ਤੇ ਜਿਨ੍ਹਾਂ ਦੇ ਆਲਰੇਡੀ ਵਿਆਹ ਹੋ ਚੁੱਕਾ ਹੈ ਉਹਨਾਂ ਕੋਲ I-94 ਆ, ਪਰ ਉਦਾਂ ਉਹਨਾਂ ਦਾ ਕੇਸ ਜਿਹੜਾ ਉਹ ਨਾਲ ਨਾਲ ਉਹ ਵੀ ਲਟਕ ਰਿਹਾ ਆ, ਉਹ ਵੀ ਕੀ ਲੈ ਸਕਦੇ ਆ, ਉਹ ਵੀ ਪੀਡੀ ਜਿਨ੍ਹਾਂ ਦਾ ਆਲਰੇਡੀ ਵਿਆਹ ਹੋ ਗਿਆ ਸਿਟੀਜ਼ਨ ਨਾਲ ਕੇਸ ਲਟਕ ਰਿਹਾ, ਬਿਲਕੁਲ ਤੁਸੀਂ ਪੀਡੀ ਲਓ ਤੇ ਤੁਹਾਡਾ ਜਿਹੜੀ ਜਿੱਤ ਆ ਉਹ ਵੱਟ ਤੇ ਪਈ ਆ, ਤੁਸੀਂ ਸਿੱਧੇ ਫਿਰ ਐਡਜਸਟਮੈਂਟ ਫਾਈਲ ਕਰੋ। ਠੀਕ ਆ, ਸੋ ਆਪਾਂ ਨੂੰ ਕਈ ਵਾਰੀ ਆਪਣੇ ਜਿਹੜੇ ਕਾਲਰ ਆ ਉਹ ਕਾਲ ਕਰਦੇ ਹੁੰਦੇ ਆ ਵੀ ਵਿਆਹ ਹੋਇਆ ਨੂੰ ਵੀ ਚਿਰ ਹੋ ਗਿਆ, ਪਰ ਕੇਸ ਜਦੋਂ ਕਹਿੰਦੇ ਹੁੰਦੇ ਵੀ ਐਡਮਿਨਿਸਟ੍ਰੇਟਿਵ ਕਲੋਜ਼ ਕਰਾ ਦਿਓ, ਇਹ ਕਰਾ ਦਿਓ। ਸੋ ਫਿਰ ਸੋ ਬੇਸਿਕਲੀ ਇਹ ਉਹੀ ਰਾਹ ਆ, ਪਰ ਇਹ ਆਸਾਨ ਹੋ ਗਿਆ, ਤੇ ਉਹੀ ਰਾਹ, ਪਰ ਇਹ ਹੁਣ ਕਲੀਨਰ ਆਪਸ਼ਨ ਆ, ਮਤਲਬ ਕਿ ਤੁਹਾਡੀ ਰਿਮੂਵਲ ਉਹਨਾਂ ਨੇ ਡਿਸਮਿਸ ਹੀ ਕਰ ਦੇਣੀ ਪੂਰੀ, ਤੁਹਾਨੂੰ ਵਾਪਸ ਕੋਰਟ ਕੋ ਐਡਮਿਨ ਕਲੋਜ਼ਰ, ਮੋਸ਼ਨ ਟੂ ਟਰਮੀਨੇਟ, ਇਹ ਸਾਰੀਆਂ ਚੀਜ਼ਾਂ, ਸਟੈਟਸ ਡਾਕਟ ਵਗੈਰਾ, ਇਹ ਚੱਕਰ 'ਚ ਪੈਣ ਦੀ ਲੋੜ ਨਹੀਂ ਪੈਣੀ। ਉਹ ਵਿਲਿੰਗ ਆ ਕਿ ਤੁਸੀਂ ਆਪਣਾ ਕੇਸ ਨੂੰ ਰਫਾ ਦਫਾ ਕਰੋ, ਪੂਰੀ ਤੁਹਾਡੀ ਸਲੇਟ ਕਲੀਨ ਕਰ ਦੇਣੀ ਉਹਨਾਂ ਨੇ, ਤੇ ਕਿਉਂਕਿ ਤੁਸੀਂ ਜੇ ਲੀਗਲੀ ਆਏ ਹੋ, ਤੁਹਾਨੂੰ I-94 ਮਿਲਿਆ ਹੋਇਆ, ਤੇ ਤੁਸੀਂ ਵਿਆਹ ਦੇ ਬੇਸ ਤੇ ਸਿੱਧੇ ਹੀ ਜਿਹੜੇ ਆ ਪੱਕੇ ਹੋ ਸਕਦੇ ਆ। ਜੀ, ਇਹਦੇ ਵਿੱਚ ਅਜਿਹੇ ਵੀ ਬਹੁਤ ਲੋਕ ਨੇ ਜਿਹੜੇ ਜਿਨ੍ਹਾਂ ਕੋਲ I-94 ਨਹੀਂ ਆ, ਇਲੀਗਲੀ ਐਂਟਰ ਹੋਏ ਸੀ, ਵਿਆਹ ਵੀ ਹੋ ਗਏ ਸਿਟੀਜ਼ਨ ਨਾਲ, ਉਹਨਾਂ ਲਈ ਇਹ ਰਸਤਾ ਨਹੀਂ ਆ, ਉਹਨਾਂ ਲਈ ਇਹ ਰਸਤਾ ਨਹੀਂ ਹੈਗਾ, ਉੱਤੇ ਵੀ ਆਪਾਂ ਆਉਂਦੇ ਹਾਂ। ਸੋ ਇੱਦਾਂ ਕਿ ਇਹ ਤਾਂ ਹੋ ਗਿਆ ਪਹਿਲੀ ਕਿਸਮ ਦੇ ਕੇਸ, ਜਿਹੜੇ ਇਮੀਗ੍ਰੇਸ਼ਨ ਜੱਜ ਮੋਰੇ ਜਾਂ ਅਸਾਈਲਮ ਆਫਿਸ ਮੋਰੇ ਆ, ਉਹਨਾਂ ਦਾ ਤਾਂ ਅਸਾਈਲਮ ਆਫਿਸ ਮੋਰੇ ਤਾਂ ਚਲੋ ਕੋਈ ਵੈਸੇ ਹੀ ਰੋਕ ਟੋਕ ਨਹੀਂ, ਤੁਸੀਂ ਸਿੱਧੇ ਵਿਆਹ ਤੇ ਜਾਂ ਉੱਤੇ ਪੱਕੇ ਹੋ ਸਕਦੇ ਆ। ਸੋ ਇਮੀਗ੍ਰੇਸ਼ਨ ਜੱਜਾਂ ਵਾਲੇ ਜਿਹੜੇ ਕੇਸ ਚੱਲ ਰਹੇ ਆ, ਅਸਾਈਲਮ ਵਾਲੇ ਲਟਕ ਰਹੇ ਆ, ਤੇ ਜਿਹਨਾਂ ਕੋਲ ਵਿਆਹ ਦੀ ਆਪਸ਼ਨ ਆ, ਉਹਨਾਂ ਨੂੰ ਬਹੁਤ ਫਾਇਦਾ ਇਹਦਾ। ਤੇ ਜਿਹੜਾ ਦੂਜੇ ਹੁਣ ਇਹਦੇ ਵਿੱਚ ਦੂਜੀ ਕਿਸਮ ਦੇ ਕੇਸ ਉਹ ਆ ਗਏ ਜਿਹੜੇ ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕਰਤੇ ਆ, ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਪੈਂਡਿੰਗ ਆ। ਸੋ ਇਦਾਂ ਦੇ ਇਹ ਆ ਗਏ ਦੂਜੀ ਕੈਟਾਗਰੀ ਵਾਲੇ ਲੋਕ, ਜਿਹੜੇ ਜੱਜ ਨੇ ਡਿਨਾਈ ਕਰਤੇ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ BIA ਮੋਰੇ ਪੈਂਡਿੰਗ ਆ। ਇਹਦੇ ਰੀਜ਼ਨ ਦੋ ਤਿੰਨ ਹੁੰਦੇ ਆ। ਇੱਕ ਸਭ ਤੋਂ ਪਹਿਲਾਂ ਮੇਨ ਰੀਜ਼ਨ ਤੇ ਹੁੰਦਾ ਬਿਆਨ ਗਲਤ ਹੋ ਗਏ, ਮਤਲਬ ਕਿ ਬਿਆਨ ਸਹੀ ਨਹੀਂ ਹੋਏ ਕਿ ਕੋਰਟ ਦੇ ਵਿੱਚ। ਸੋ ਜਿਹੜੇ ਬਿਆਨ ਸਹੀ ਨਹੀਂ ਹੁੰਦੇ ਉਹ ਸਾਰੇ ਕੇਸ ਨਾਲ ਜਿੱਤਣੇ ਉੱਤੇ ਜਾ ਕੇ ਔਖੇ ਹੋ ਜਾਂਦੇ ਆ। ਕਈ ਕਈ ਕੇਸਾਂ ਦੇ ਵਿੱਚ ਤੁਸੀਂ ਜਿੱਤ ਸਕਦੇ ਆ, ਪਰ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਉਹਦੀ ਰੇਟਿੰਗ ਜਿਹੜੀ ਹੈਗੀ, ਅਪਰੂਵਲ ਰੇਟਿੰਗ 10% ਤੋਂ ਘੱਟ ਆ। ਤੁਸੀਂ ਬਾਕੀ ਹਿਸਾਬ ਕਿਤਾਬ ਆਪ ਲਾ ਲਓ, ਹੈ ਨਾ, ਅਪੀਲ ਤਾਂ ਤੁਹਾਨੂੰ ਫਾਈਲ ਕਰਨੀ ਪੈਂਦੀ ਆ, ਪਰ 10% ਤੋਂ ਘੱਟ ਰੇਟਿੰਗ ਆ ਉਹਦੀ, ਤੇ ਕਾਫੀ ਆਰਗੂਮੈਂਟਸ ਵਗੈਰਾ ਦੇਣੀਆਂ ਪੈਂਦੀਆਂ। ਕਈ ਕੇਸਿਸ ਜਿੱਤ ਜਾਂਦੇ ਆ, ਪਰ ਜਿਹਨਾਂ ਦੇ ਸਿੱਧੇ ਸਿੱਧੇ ਬਿਆਨ ਹੀ ਗਲਤ ਹੋਏ ਪਏ ਆ, ਗੜਬੜ ਹੋਈ ਆ, ਡਾਕੂਮੈਂਟ ਗਲਤ ਹੋਏ, ਮੈਡੀਕਲ ਗਲਤ ਦੇ ਤੇ, ਜੱਜ ਨੇ ਆਪ ਹੀ ਕਹਿਤਾ ਕਿ ਨਹੀਂ ਮੈਨੂੰ ਦਿੱਤਾ ਯਕੀਨ ਨਹੀਂ, ਉਹ ਕੇਸ ਜਿਹੜੇ ਆ BIA ਤੋਂ ਜਿੱਤਣੇ ਔਖੇ ਆ। ਉਹ ਵਾਲੇ ਕੇਸ ਜਿਹਦੇ ਵਿੱਚ ਬੇਸ ਹੀ ਨਹੀਂ ਹੈਗਾ, ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਿਸੇ ਨੇ ਕੇਸ ਕਿਸੇ ਦਾ ਸੀਗਾ ਰਾਮ ਰਹੀਮ ਵਾਲਾ ਸੀਗਾ, ਜੱਜ ਨੇ ਕਿਹਾ ਕਿ ਨਹੀਂ ਇਹ ਮੁੱਦਾ ਟਲ ਗਿਆ ਹੁਣ, ਕਿ ਬੇਸ ਤੁਹਾਡਾ ਜਿਹੜਾ ਉਹ ਖਤਮ ਹੋ ਗਿਆ, ਜੋ ਵੀ ਖਤਰਾ ਤੁਹਾਨੂੰ ਸੀਗਾ। ਸੋ ਇਹ ਵਾਲੇ ਕੇਸ ਆ ਜਿਹੜੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਪੈਂਡਿੰਗ ਆ, ਪਰ ਤੁਸੀਂ ਜਿੱਤ ਨਹੀਂ ਸਕਦੇ ਇਹਨਾਂ ਨੂੰ। ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਵੀ ਤੁਹਾਡੇ ਕੋਲ PD ਲੈਣ ਦੀ ਹੁਣ ਆਪਸ਼ਨ ਜਿਹੜੀ ਉਹ ਆ ਗਈ ਆ, ਤੇ ਜਿਹੜੇ ਸਰਕਾਰੀ ਵਕੀਲ ਆ ਉਹ ਵਿਲਿੰਗ ਟੂ ਕੰਪਰੋਮਾਈਜ਼ ਆ, ਕਿ ਜੇ ਤੁਸੀਂ
ਸੋ ਗ੍ਰੀਨ ਕਾਰਡ ਦਾ ਚਲੋ ਲਾਲਚ ਵੀ ਹੁੰਦਾ ਸਾਰਿਆਂ ਨੂੰ ਓਬਵੀਅਸਲੀ, ਕਿਉਂਕਿ ਗ੍ਰੀਨ ਕਾਰਡ ਬਹੁਤ ਵੱਡੀ ਚੀਜ਼ ਆ। ਪਰ ਇਹ ਹੈ ਕਿ ਹੁਣ ਦੇਖੋ ਤੁਸੀਂ ਜਾਓਗੇ ਵੀ ਟਾਈਮ ਵੀ ਖਰਾਬ ਕਰੋਗੇ, ਐਂਡ ਆਫ ਦਾ ਡੇ ਜੇ ਇੱਕ ਬੰਦਾ ਇੱਦਾਂ ਨੂੰ ਰਹਿਣ ਦੀ ਕੰਮ ਕਰਨ ਦੀ ਪਰਮਿਸ਼ਨ ਮਿਲ ਗਈ, ਪਰ ਇੱਕ ਬੰਦਾ ਜਿੱਦ ਪਿਆ ਕਿ ਨਹੀਂ ਮੈਂ ਗ੍ਰੀਨ ਕਾਰਡ ਹੀ ਲੈਣਾ, ਤੇ ਤੁਸੀਂ ਕੇਸ ਹਾਰ ਗਏ, ਤੁਹਾਨੂੰ ਉਹ ਵੀ ਨਹੀਂ ਮਿਲਿਆ। ਸੋ ਸਿਆਣਾ ਕੌਣ ਹੋਇਆ? ਸਿਆਣਾ ਤਾਂ ਉਹ ਵਾਲਾ ਬੰਦਾ ਹੋਇਆ ਜਿਹਨੇ ਆਪਣੀ ਕੈਲਕੂਲੇਸ਼ਨ ਸਹੀ ਕੀਤੀ, ਤੇ ਉਹਨੇ ਕਿਹਾ ਕਿ ਮੈਂ ਰਹਿਣ ਦੀ ਪਰਮਿਸ਼ਨ ਮੈਨੂੰ ਮਿਲ ਗਈ, ਕੰਮ ਕਰਨ ਦੀ ਪਰਮਿਸ਼ਨ ਮਿਲ ਗਈ। ਸੋ ਇਹ ਤੁਹਾਨੂੰ ਦੇਖਣਾ ਪੈਣਾ, ਇਹ ਤੁਹਾਡੀ ਹੁਣ ਆਪਣੀ ਗੈਂਬਲ ਆ। ਜੇ ਤਾਂ ਤੁਸੀਂ ਟ੍ਰੇਡ ਆਫ ਕਰ ਸਕਦੇ ਆ ਕਿ ਠੀਕ ਹੈ ਗ੍ਰੀਨ ਕਾਰਡ ਛੱਡ ਕੇ ਆਪਾਂ ਇੱਥੇ ਰਹਿਣਾ ਚਾਹੁੰਦੇ ਹਾਂ, ਤਾਂ ਮੇਰੇ ਹਿਸਾਬ ਨਾਲ ਤੁਸੀਂ PD ਆਪਸ਼ਨ ਲਓ। ਜੇ ਵਾਕਈ ਤੁਸੀਂ ਧਿਆ ਹੀ ਹੋਇਆ ਕਿ ਨਹੀਂ ਹੋਰ ਕੋਈ ਕੰਮ ਨਹੀਂ ਬਣਨਾ, ਜੇ ਗ੍ਰੀਨ ਕਾਰਡ ਹੀ ਆ ਉਹੀ ਲੈਣਾ, ਨਹੀਂ ਤਾਂ ਮੈਂ ਛੱਡ ਦੇਣਾ, ਮੈਂ ਕੈਨੇਡਾ ਚਲ ਜਾਣਾ, ਮੈਂ ਵਾਪਸ ਚਲ ਜਾਣਾ, ਸੋ ਠੀਕ ਹੈ ਫਿਰ ਤੁਸੀਂ ਆਪਣਾ ਜਿਹੜਾ BIA 'ਤੇ ਗੈਂਬਲ ਕਰੋ।